ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦਾ ਹੋਟ ਟੌਪਿਕ ਕੈਨੇਡਾ ਸਟੂਡੈਂਟ ਵੀਜ਼ਾ ਅਤੇ ਇਹਦੇ ਬਦਲਣ ਵਾਲੇ ਰੂਲਸ ਦੇ ਉੱਤੇ ਚਰਚਾ ਕਰਾਂਗੇ। ਸੋ ਬਹੁਤ ਸਾਰੇ ਲੋਕ ਨੇ ਜਦੋਂ ਦੀ ਨਿਊਜ਼ ਅਪਡੇਟ ਆਈ ਹੈ ਕਿਤੇ ਨਾ ਕਿਤੇ ਲੋਕ ਵਰਿਡ ਹੈ, ਲਗਾਤਾਰ ਕਾਲਸ ਆ ਰਹੀਆਂ, ਮੈਸੇਜਸ ਆ ਰਹੇ ਨੇ ਅਤੇ ਲੋਕ ਮਿਲਣ ਆ ਰਹੇ ਕਿ ਰੂਲਸ ਦੇ ਵਿੱਚ ਅਗਰ ਆਪਾਂ ਤਬਦੀਲੀਆਂ ਦੀ ਗੱਲ ਕਰੀਏ, ਸਟੂਡੈਂਟ ਕਿਤੇ ਨਾ ਕਿਤੇ ਡਰਿਆ ਹੋਇਆ, ਰੀਪ੍ਰਜੈਂਟੇਸ਼ਨ ਜਿਹੜੀ ਹੈਗੀ ਚੰਗੀ ਨਹੀਂ ਕੀਤੀ ਗਈ, ਜਿਹਦੇ ਕਰਕੇ ਬੱਚਿਆਂ ਦੇ ਵਿੱਚ ਡਰ ਦਾ ਮਾਹੌਲ ਹੈ। ਇਹ ਵੀਡੀਓ ਤੁਹਾਡੇ ਅਤੇ ਯਾਰਾਂ ਦੋਸਤਾਂ ਵਾਸਤੇ ਜਾਂ ਪਰਿਵਾਰਕ ਮੈਂਬਰ ਵਾਸਤੇ ਬਹੁਤ ਖਾਸ ਹੋ ਸਕਦੀ, ਕਿਉਂਕਿ ਇਹਦੇ ਵਿੱਚ ਮੈਂ ਕਲੈਰੀਫਾਈ ਕਰਾਂਗਾ ਕਿ ਐਕਚੁਅਲ ਦੇ ਵਿੱਚ ਰੂਲ ਚੇਂਜ ਹੋਏ ਹੈ ਕਿ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਦੇ ਉੱਤੇ ਇਹਦਾ ਕੀ ਇੰਪੈਕਟ ਪਏਗਾ। ਸੋ 1 ਨਵੰਬਰ 2024 ਤੋਂ ਦੂਜਾ ਫੇਰਬਦਲ ਜਿਹੜਾ ਰੂਲਸ ਦੇ ਵਿੱਚ ਕੀਤਾ ਗਿਆ, ਡਿਫਾਈਨ ਕੀਤਾ ਜੀ ਕੈਨੇਡੀਅਨ ਗਵਰਨਮੈਂਟ ਨੇ ਆਪਣੇ ਪ੍ਰੋਗਰਾਮਸ ਨੂੰ ਕਿ ਤੁਸੀਂ ਸਾਡੇ ਕੋਲ ਆਓ, ਪੜ੍ਹਾਈ ਕਰੋ, ਕੰਮ ਕਰੋ ਤਾਂ ਉੱਥੋਂ ਦੇ ਵਸਨੀਕ ਬਣ ਸਕਦੇ। 5 ਕੈਟੇਗਰੀਜ਼ ਹੈ ਜਿਹਦੇ ਅੰਡਰ 966 ਪ੍ਰੋਗਰਾਮ ਦਿੱਤੇ ਗਏ ਉਸ ਲਿਸਟ ਦੇ ਵਿੱਚ, ਕਿ ਇਹ 966 ਪ੍ਰੋਗਰਾਮ ਦੇ ਵਿੱਚ ਅਗਰ ਤੁਸੀਂ ਆਪਦੀ ਐਜੂਕੇਸ਼ਨ ਲੈਂਦੇ ਹੋ ਦੈਨ ਤੁਸੀਂ ਐਲੀਜੀਬਲ ਹੋ ਜੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ। ਅਗਰ ਇਹਨਾਂ ਪ੍ਰੋਗਰਾਮ ਦੀ ਗੱਲ ਕਰੀਏ, ਇਹਨਾਂ 5 ਕੈਟੇਗਰੀਜ਼ ਦੀ ਗੱਲ ਕਰੀਏ, ਸੋ ਪਹਿਲੀ ਕੈਟੇਗਰੀ ਹੈ ਜੀ ਐਗਰੀਕਲਚਰ, ਜਿਹਦੇ ਵਿੱਚ 42 ਪ੍ਰੋਗਰਾਮ ਦਿੱਤੇ ਗਏ। ਦੂਸਰੀ ਕੈਟੇਗਰੀ ਦੀ ਗੱਲ ਕਰਦੇ ਜੀ ਸਟੈਮ ਕੈਟੇਗਰੀ ਆ ਜਾਂਦੀ ਹੈ, ਜਿਹੜੀ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਮੈਥਮੈਟਿਕਸ, 294 ਪ੍ਰੋਗਰਾਮ ਇਹਦੇ ਵਿੱਚ ਦਿੱਤੇ ਗਏ ਹੈ। ਹੈਲਥ ਕੇਅਰ ਦੇ ਵਿੱਚ ਜੋ ਕਿ ਹਮੇਸ਼ਾ ਹਾਇਰ ਰਿਕੁਆਇਰਮੈਂਟ ਰਹੀ ਹੈ ਆਫਟਰ ਕੋਵਿਡ ਹਰ ਇੱਕ ਕੰਟਰੀ ਦੀ, 555 ਪ੍ਰੋਗਰਾਮ ਹੈਲਥ ਕੇਅਰ ਦੇ ਵਿੱਚ ਦਿੱਤੇ ਗਏ ਹੈ। ਇਹਦੇ ਨਾਲ ਨਾਲ ਟ੍ਰੇਡ ਦੇ 51 ਪ੍ਰੋਗਰਾਮ ਅਤੇ ਟਰਾਂਸਪੋਰਟ ਦੇ 24 ਪ੍ਰੋਗਰਾਮ, ਮਤਲਬ 5 ਕੈਟੇਗਰੀ ਜਿਹੜੀਆਂ ਡਿਫਾਈਨ ਹੁੰਦੀਆਂ ਨੇ ਜੀ ਅੰਡਰ 966 ਪ੍ਰੋਗਰਾਮ ਲਿਸਟ ਦੇ ਵਿੱਚ। ਸੋ ਇਹ ਲਿਸਟ ਬਹੁਤ ਸਾਰੇ ਪ੍ਰੋਗਰਾਮਸ ਹੈਗੇ ਆ। ਸੋ ਇਹਦੇ ਨਾਲ ਨਾਲ ਅਗਰ ਆਪਾਂ ਗੱਲ ਕਰਦੇ, ਕਾਫੀ ਸਾਰੇ ਸਟੂਡੈਂਟ ਐਸੇ ਹੈ ਕਿ ਸੋਚ ਰਹੇ ਨੇ ਕਿ ਸਾਡੀ ਬੈਚਲਰਸ ਹੈ, ਮਾਸਟਰਸ ਹੈ, PhD ਜਾਂ ਡਾਕਟਰੇਟ ਕਰ ਚੁੱਕੇ ਹੈ, ਉਹ ਇਹ ਲਿਸਟ ਦੇ ਵਿੱਚ ਨਹੀਂ ਆਉਂਦੇ। ਸੋ ਕੋਈ ਵੀ ਤੁਸੀਂ ਬੈਚਲਰਸ ਕੀਤੀ ਹੈ, ਮਾਸਟਰਸ ਕੀਤੀ ਹੈ, PhD ਜਾਂ ਡਾਕਟਰੇਟ ਕਰ ਚੁੱਕੇ ਹੋ, ਤੁਸੀਂ ਇਸ ਪ੍ਰੋਗਰਾਮ ਦੀ ਲਿਸਟ ਦੇ ਵਿੱਚ ਨਹੀਂ ਆਉਂਦੇ। ਸੋ ਕੋਈ ਵੀ ਤੁਸੀਂ ਕੀਤੀ ਹੈ, ਤੁਸੀਂ ਐਲੀਜੀਬਲ ਹੋ ਜੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਦੇ। ਸੋ ਅਗਰ ਆਪਾਂ ਗੱਲ ਕਰਦੇ ਹਾਂ ਜੀ 1 ਨਵੰਬਰ ਤੋਂ ਪਹਿਲਾਂ ਦੀਆਂ ਜਿੰਨੀਆਂ ਵੀ ਫਾਈਲਸ ਲੱਗ ਜਾਣਗੀਆਂ, ਤੁਸੀਂ ਉਹਨਾਂ ਰੂਲਸ ਦੇ ਅੰਡਰ ਨਹੀਂ ਆਉਂਦੇ ਜੀ। ਸੋ ਜਿੰਨੀਆਂ ਵੀ ਫਾਈਲਾਂ ਨੇ 1 ਨਵੰਬਰ ਤੋਂ ਪਹਿਲਾਂ, ਚਾਹੇ ਓਨਸ਼ੋਰ ਹੈ ਚਾਹੇ ਆਫਸ਼ੋਰ ਹੈ, 1 ਨਵੰਬਰ ਤੋਂ ਪਹਿਲਾਂ ਜਿੰਨੀਆਂ ਵੀ ਫਾਈਲਸ ਲੱਗਣਗੀਆਂ, ਸੋ ਜਿੱਥੇ ਮਰਜ਼ੀ ਆਪਦੀ ਐਪਲੀਕੇਸ਼ਨ ਪ੍ਰੋਸੈਸ ਕਰ ਸਕਦੇ ਆ, ਜਿਹੜੇ ਮਰਜ਼ੀ ਪ੍ਰੋਗਰਾਮ ਦੇ ਵਿੱਚ ਬੱਚਾ ਇਨਰੋਲ ਕਰ ਸਕਦਾ, ਬਟ ਜਿਹੜੀਆਂ ਫਾਈਲਾਂ 1 ਨਵੰਬਰ ਤੋਂ ਬਾਅਦ ਲੱਗਣਗੀਆਂ, 1 ਨਵੰਬਰ 2024 ਤੋਂ ਬਾਅਦ ਜਿੰਨੀਆਂ ਫਾਈਲਸ ਲੱਗਣਗੀਆਂ। ਸੋ 2-3 ਚੇਂਜਸ ਜਿਹੜੇ ਹੈਗੇ ਆ ਮੇਜਰ ਦੇ ਵਿੱਚ ਦੇਖਣ ਨੂੰ ਮਿਲੇ ਆ। ਪਹਿਲੀ ਚੀਜ਼ ਜਿਹੜੀ ਇਹ ਸੀਗੀ ਕਿ ਤੁਹਾਨੂੰ ਆਪਦਾ ਰੈਲੀਵੈਂਟ ਪ੍ਰੋਗਰਾਮ ਲੈਣਾ ਪਏਗਾ ਜੀ, ਜਿਹੜੀ 966 ਪ੍ਰੋਗਰਾਮ ਦੀ ਲਿਸਟ ਹੈਗੀ ਹੈ ਉਹਦੇ ਅਕੋਰਡਿੰਗਲੀ ਤੁਸੀਂ ਆਪਦਾ ਪ੍ਰੋਗਰਾਮ ਲੈ ਕੇ ਜਾਓ। ਸੈਕਿੰਡ, ਤੁਸੀਂ ਬੈਚਲਰਸ ਕਰ ਚੁੱਕੇ ਹੋ ਜਾਂ ਮਾਸਟਰਸ ਜਾਂ PhD ਜਾਂ ਡਾਕਟਰੇਟ ਹੈ, ਇਹਦੇ ਵਿੱਚ ਤੁਸੀਂ ਸਪੈਸੀਫਿਕ ਤੁਹਾਨੂੰ ਲੋੜ ਨਹੀਂ ਗਈ 966 ਪ੍ਰੋਗਰਾਮ ਦੇ ਵਿੱਚ ਇਨਰੋਲ ਹੋਣ ਦੀ। ਅਗਰ ਤੁਸੀਂ ਡਿਗਰੀ ਕਰਦੇ ਹੋ ਕੈਨੇਡਾ ਦੇ ਵਿੱਚ ਜਾ ਕੇ, ਸੋ ਤੁਸੀਂ ਕੋਈ ਵੀ ਐਜੂਕੇਸ਼ਨ ਲੈ ਕੇ ਜਾ ਸਕਦੇ ਹੋ, ਇਹਦੇ ਵਿੱਚ ਕੋਈ ਵੀ ਡਰ ਨਹੀਂ ਹੈ। CLB ਲੈਵਲ 5 ਅਤੇ 7 ਦੀ ਗੱਲ ਹੋਈ ਸੀਗੀ ਕਿ ਤੁਹਾਨੂੰ ਪੜ੍ਹਾਈ ਤੋਂ ਬਾਅਦ, ਕਿ ਹੁਣ ਤੋਂ ਇਹ ਚੀਜ਼ ਐਪਲੀਕੇਬਲ ਹੈਗੀ ਕਿ ਪੜ੍ਹਾਈ ਤੋਂ ਬਾਅਦ ਤੁਸੀਂ ਅਗਰ ਕਾਲਜ ਲੈਵਲ ਦੀ ਐਜੂਕੇਸ਼ਨ ਕੀਤੀ ਹੈ, CLB ਲੈਵਲ 5 ਚਾਹੀਦਾ ਜੀ ਵਰਕ ਪਰਮਿਟ ਦੇ ਲਈ। ਅਗਰ ਤੁਸੀਂ ਡਿਗਰੀ ਕਰ ਚੁੱਕੇ ਹੋ ਦੈਨ ਤੁਹਾਨੂੰ CLB ਲੈਵਲ 7 ਚਾਹੀਦਾ, ਜੋ ਕਿ ਆਲਰੇਡੀ ਬੱਚਾ ਅਚੀਵ ਕਰਕੇ ਇੰਡੀਆ ਤੋਂ ਹੀ ਕੈਨੇਡਾ ਦਾ ਵੀਜ਼ਾ ਲੈਂਦਾ। ਸੋ ਇਹਦੇ ਵਿੱਚ ਪੈਨਿਕ ਕਰਨ ਦੀ ਬਿਲਕੁਲ ਵੀ ਨੀਡ ਨਹੀਂ ਹੈ। ਸੋ ਲਾਸਟ ਇੱਕ ਮੇਜਰ ਜਿਹੜਾ ਮੇਰਾ ਪਰਸਨਲ ਸਵਾਲ ਸੀਗਾ, ਬਹੁਤ ਸਾਰੇ ਐਪਲੀਕੈਂਟ ਇੱਦਾਂ ਦੇ ਨੇ ਕਿ ਜਿਹੜੇ ਆਰਟਸ ਜਾਂ ਕਾਮਰਸ ਬੈਕਗਰਾਊਂਡ ਦੇ ਨਾਲ ਰਿਲੇਟ ਕਰਦੇ ਹੋਣਗੇ। ਸੋ ਮੇਜਰ ਅਗਰ ਆਪਾਂ ਗੱਲ ਕਰਦੇ ਹਾਂ ਚੇਂਜਸ ਹੋਣ ਦਾ ਕਾਰਨ ਕੀ ਰਿਹਾ ਸੀਗਾ, ਕਿ ਐਸੇ ਪ੍ਰੋਗਰਾਮ ਦੇ ਵਿੱਚ ਬੱਚੇ ਇਨਰੋਲ ਹੋਏ ਸੀਗੇ ਜਿਹੜੀ ਓਕੂਪੇਸ਼ਨ ਡਿਮਾਂਡ ਲਿਸਟ ਦੇ ਵਿੱਚ ਪ੍ਰੋਗਰਾਮ ਨਹੀਂ ਆਉਂਦੇ ਸੀਗੇ, ਜਾਂ ਐਸੇ ਐਜੂਕੇਸ਼ਨ ਦੇ ਕੋਰਸਿਸ ਲੈ ਗਏ ਸੀਗੇ ਜਿਹੜੇ ਉੱਥੇ ਵੇਸਟ ਸੀਗੇ, ਮਤਲਬ ਕਾਫੀ ਏਜੰਟਸ ਦੇ ਕੋਲ ਐਪਲੀਕੇਸ਼ਨ ਬੱਚਿਆਂ ਨੇ ਪ੍ਰੋਸੈਸ ਕੀਤੀਆਂ, ਉਹ ਸਿਰਫ ਵੀਜ਼ਾ ਲੈਣਾ ਚਾਹੁੰਦੇ ਸੀ, ਬਟ ਅੱਗੇ ਬੱਚੇ ਦਾ ਫਿਊਚਰ ਨਹੀਂ ਸੀਗਾ।
ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਗਵਰਨਮੈਂਟ ਨੇ ਜਿਹੜੇ ਰੂਲ ਦੇ ਵਿੱਚ ਚੇਂਜਸ ਕੀਤਾ, ਕਿਤੇ ਨਾ ਕਿਤੇ ਬੱਚੇ ਦੀ ਫੇਵਰ ਦੇ ਵਿੱਚ ਹੈ ਕਿ ਜੋ ਤੁਸੀਂ ਪੜ੍ਹਾਈ ਕਰਨ ਆ ਰਹੇ ਹੋ, ਤੁਸੀਂ ਪੈਸਾ ਇਨਵੈਸਟ ਕਰਕੇ ਆ ਰਹੇ ਹੋ, ਆਪਣੀ ਜ਼ਿੰਦਗੀ ਦਾ ਇੰਪੋਰਟੈਂਟ ਟਾਈਮ ਇਨਵੈਸਟ ਕਰਕੇ ਆ ਰਹੇ ਹੋ, ਬਟ ਪੜ੍ਹਾਈ ਤੋਂ ਬਾਅਦ ਤੁਹਾਨੂੰ ਉਸ ਚੀਜ਼ ਦੀ ਵੈਲਿਊ ਹੀ ਨਾ ਮਿਲੇ, ਉਹਦਾ ਕੋਈ ਬੈਨੀਫਿਟ ਨਹੀਂ ਹੈ। ਸੋ ਇੰਡੀਆ ਤੋਂ ਹੀ ਤੁਹਾਨੂੰ ਆ ਜਿਹੜੇ ਪ੍ਰੋਗਰਾਮਸ ਦੇ ਵਿੱਚ ਇਨਰੋਲ ਹੋਣ ਲਈ ਕਿਹਾ ਗਿਆ, ਜਿਹਦੇ ਕਰਕੇ ਬੱਚਿਆਂ ਨੂੰ ਜੋਬਸ ਵੀ ਮਿਲਣਗੀਆਂ ਅਤੇ ਪਰਮਾਨੈਂਟ ਰੈਜੀਡੈਂਸੀ ਵੀ ਕਿਤੇ ਨਾ ਕਿਤੇ ਈਜ਼ੀ ਹੋ ਜਾਏਗੀ। ਆਰਟਸ ਵਾਲੇ ਬੱਚਿਆਂ ਦੀ ਅਗਰ ਆਪਾਂ ਗੱਲ ਕਰੀਏ ਜਾਂ ਕਾਮਰਸ ਦੀ ਗੱਲ ਕਰੀਏ, ਸੋ ਐਜੂਕੇਸ਼ਨ ਜਨਰਲ, ਈ ਕਾਮਰਸ, ਡਿਜੀਟਲ ਮਾਰਕੀਟਿੰਗ, ਰੀਅਲ ਇਸਟੇਟ ਡਿਵੈਲਪਮੈਂਟ, ਸੋਸ਼ਲ ਸਰਵਿਸ ਵਰਕਰ, ਸਾਈਕੋਲੋਜੀ ਦੇ ਪ੍ਰੋਗਰਾਮ ਹੈਗੇ ਆ, ਲੋਜਿਸਟਿਕ ਹੈ, ਮਟੀਰੀਅਲਸ ਹੈ, ਸਪਲਾਈ ਚੇਨ ਮੈਨੇਜਮੈਂਟ ਹੈ, ਅਰਲੀ ਚਾਈਲਡਹੁੱਡ ਸਪੈਸ਼ਲਿਸਟ ਐਜੂਕੇਸ਼ਨ। ਸੋ ਅਰਲੀ ਚਾਈਲਡਹੁੱਡ ਕੇਅਰ ਇਹਦੇ ਵਿੱਚ ਬਿਲਕੁਲ ਨਹੀਂ ਹੈਗਾ, ਅਰਲੀ ਚਾਈਲਡਹੁੱਡ ਸਪੈਸ਼ਲਿਸਟ ਐਜੂਕੇਸ਼ਨ ਜਿਹੜੀ ਹੈਗੀ ਹੈ, ਅਰਲੀ ਚਾਈਲਡਹੁੱਡ ਸਪੈਸ਼ਲ ਐਜੂਕੇਸ਼ਨ, ਨਾਲ ਨਾਲ ਕ੍ਰਿਮੀਨੋਲੋਜੀ ਦੇ ਜਿਹੜੇ ਪ੍ਰੋਗਰਾਮਸ ਹੈਗੇ ਆ, ਤੁਸੀਂ ਉਹ ਕਰਕੇ ਆਰਟਸ ਜਾਂ ਕਾਮਰਸ ਵਾਲੇ ਬੱਚੇ ਇਨਰੋਲ ਹੋ ਕੇ ਆਪਦਾ ਵਰਕ ਪਰਮਿਟ ਹਾਸਲ ਕਰ ਸਕਦੇ ਹੈ। ਸੋ ਓਵਰਆਲ ਅਗਰ ਇਸ ਚੀਜ਼ ਨੂੰ ਮੈਂ ਦੇਖਦਾ, ਬਹੁਤ ਵਧੀਆ ਚੀਜ਼ ਹੋਈ ਹੈ। ਸਟੂਡੈਂਟ ਆਪਦੇ ਏਜੰਟ ਜਾਂ ਕੰਸਲਟੈਂਟ ਦੇ ਕੋਲ ਜਾਂਦਾ ਸੀਗਾ ਕਿ ਭਾਜੀ ਵੀਜ਼ਾ ਲਵਾਉਣਾ, ਉਹ ਸਿਰਫ ਤੇ ਸਿਰਫ ਆਪਣਾ ਟਾਈਪ ਦੇਖਦੇ ਸੀਗੇ ਕਿ ਇੱਕ ਪਰਟੀਕੁਲਰ ਜਾਂ ਦੋ ਕਾਲਜਸ ਦੇ ਵਿੱਚ ਹੈਗਾ ਬੱਚੇ ਦਾ ਪ੍ਰੋਗਰਾਮ ਰਿਲੇਵੈਂਟ ਹੈਗਾ ਜਾਂ ਨਹੀਂ ਹੈਗਾ। ਰਿਫਿਊਜ਼ਲ ਵੀ ਇਸ ਚੀਜ਼ ਨੂੰ ਦੇਖਣ ਨੂੰ ਮਿਲਦੀ ਸੀ ਕਿ ਬੱਚੇ ਦੀ ਪੜ੍ਹਾਈ ਕੁਛ ਕੀਤੀ ਹੋਈ ਹੈ, ਐਕਸਪੀਰੀਅੰਸ ਦੇ ਅਕੋਰਡਿੰਗਲੀ ਜਾਂ ਫਿਰ ਉਹਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਉਹਨੂੰ ਕੋਰਸ ਹੀ ਚੇਂਜ ਕਰ ਦਿੱਤਾ ਜਾਂਦਾ, ਜਿਹਦੇ ਕਰਕੇ ਵੱਡੇ ਪੱਧਰ ਦੇ ਉੱਤੇ ਵੀਜ਼ਾ ਰਿਫਿਊਜ਼ ਹੁੰਦਾ ਸੀ। ਜਾਂ ਫਿਰ ਅਗਰ ਕਿਸੇ ਕਾਰਨ ਤੋਂ ਬੱਚਾ ਪਹੁੰਚ ਵੀ ਜਾਂਦਾ ਕੈਨੇਡਾ ਦੇ ਵਿੱਚ, ਉੱਥੇ ਜਾ ਕੇ ਉਹਨੂੰ ਜੋਬਸ ਨਹੀਂ ਮਿਲਦੀਆਂ ਸੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ ਮੇਰੇ ਹਿਸਾਬ ਨਾਲ ਪੋਜ਼ਿਟਿਵ ਚੀਜ਼ ਹੈਗੀ ਹੈ। ਕੱਲ੍ਹ ਨੂੰ ਹਾਈ ਓਕੂਪੇਸ਼ਨ ਲਿਸਟ ਜਿਹਦੇ ਵਿੱਚ ਜਿਹੜੇ ਨੰਬਰ ਆਪਾਂ ਦੇਖਦੇ ਪਏ ਕਿ ਜਿੰਨੀ 966 ਨੰਬਰ ਜਿਹੜੇ ਦਿੱਤੇ ਗਏ ਆ ਇਹ ਪ੍ਰੋਗਰਾਮ ਦੇ, 966 ਪ੍ਰੋਗਰਾਮਾਂ ਦੇ ਵਿੱਚ ਬੱਚਾ ਜਦੋਂ ਆਪਦੀ ਐਪਲੀਕੇਸ਼ਨ ਇਨਰੋਲ ਕਰੇਗਾ ਉਹਨੂੰ ਜੋਬਸ ਮਿਲਣਗੀਆਂ, ਪੋਸਟਰੀ ਵਰਕ ਪਰਮਿਟ ਵੀ ਮਿਲੇਗਾ ਅਤੇ ਪਰਮਾਨੈਂਟ ਰੈਜੀਡੈਂਸੀ ਵੀ ਮਿਲੇਗੀ। ਸੋ ਉਮੀਦ ਕਰਦਾ ਕਿ ਤੁਹਾਨੂੰ ਇਸ ਚੀਜ਼ ਉੱਤੇ ਵਧੀਆ ਕਲੈਰਿਟੀ ਮਿਲੀ ਹੋਊਗੀ। ਵੱਧ ਤੋਂ ਵੱਧ ਆਪਣੇ ਪਰਿਵਾਰਕ ਮੈਂਬਰ ਯਾਰ ਦੋਸਤਾਂ ਦੇ ਵਿੱਚ ਸ਼ੇਅਰ ਕਰੋ, ਸੋ ਦੈਟ ਕਿ ਇਹ ਚੰਗੀ ਨਿਊਜ਼ ਅਤੇ ਪੋਜ਼ਿਟਿਵ ਨਿਊਜ਼ ਲੋਕਾਂ ਤੱਕ ਪਹੁੰਚ ਸਕੇ। ਧੰਨਵਾਦ।